ਪਹਾੜਾਂ ਦੇ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇੱਕ ਵਾਰ ਫੇਰ ਤੋਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਦੇਰ ਰਾਤ ਲੈਂਡਸਲਾਈਡ ਹੋਈ ਹੈ ਤੇ ਲੈਂਡਸਲਾਈਡ ਹੋਣ ਦੇ ਕਾਰਨ ਜਿੱਥੇ ਇੱਕ ਜੇਸੀਬੀ ਮਸ਼ੀਨ ਪਲਟ ਗਈ ਉੱਥੇ ਇੱਕ ਟਰਾਲਾ ਵੀ ਦੱਸਿਆ ਜਾ ਰਿਹਾ ਕਿ ਸੜਕ ਦੇ ਉੱਤੇ ਪਲਟ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਸਾਰੀ ਰਾਤ ਲੋਕਾਂ ਨੇ ਸੜਕਾਂ ਦੇ ਉੱਤੇ ਕੱਟੀ ਹੈ ਤੇ ਜਦੋਂ ਲੈਂਡਸਲਾਈਡ ਹੋਣ ਲੱਗੀ ਤਾਂ ਲੋਕ ਕਾਫੀ ਜ਼ਿਆਦਾ ਸਹਿਮ ਗਏ। ਗਨੀਮਤ ਰਹੀ ਹੈ ਕਿ ਇਸ ਲੈਂਡਸਲਾਈਡ ਦੇ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ, ਪਰ ਲੈਂਡਸਲਾਈਡ ਜੋ ਹੈ ਉਹ ਭਾਰੇ ਤਰੀਕੇ ਦੇ ਨਾਲ ਹੋਈ ਹੈ ਤੇ ਹੁਣ ਮੌਕੇ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜੇਸੀਬੀ ਮਸ਼ੀਨਾਂ ਬੁਲਾ ਕੇ ਮਲਬੇ ਨੂੰ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਤਾਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ 9 ਮਿਲ ਦੇ ਕੋਲ ਕਿਹਾ ਜਾ ਰਿਹਾ ਕਿ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਹੋਈ ਹੈ। ਲੈਂਡਸਲਾਈਡ ਦੇ ਕਾਰਨ ਕਿਹਾ ਜਾ ਰਿਹਾ ਕਿ ਦੇਰ ਰਾਤ ਕਾਫੀ ਲੰਬਾ ਜਾਮ ਲੱਗਿਆ ਰਿਹਾ ਤੇ ਕਈ ਲੋਕ ਗੱਡੀਆਂ ਦੇ ਵਿੱਚ ਸੌਣ ਨੂੰ ਮਜਬੂਰ ਹੋ ਗਏ ਨੇ। ਤਾਂ ਤਸਵੀਰਾਂ ਵੀ ਇਸ ਦੌਰਾਨ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਜੋ ਹੈ ਉਹ ਹਾਈਵੇ ਦੇ ਉੱਤੇ ਪਲਟਿਆ ਹੋਇਆ ਤੇ ਇਸ ਦੇ ਨਾਲ ਹੀ ਲੋਕ ਲੰਬੇ ਜਾਮ ਦੇ ਵਿੱਚ ਫਸੇ ਹੋਏ ਨੇ। ਤਾਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਇੱਕ ਵਾਰ ਫਿਰ ਤੋਂ ਦੱਸਿਆ ਜਾ ਰਿਹਾ ਕਿ ਰੂਟ ਬੰਦ ਕਰ ਦਿੱਤਾ ਗਿਆ, ਸਿਰਫ ਇੱਕ ਪਾਸਾ ਹੀ ਚਲਾਇਆ ਜਾ ਰਿਹਾ ਜਿਸ ਦੇ ਕਾਰਨ ਲੰਬਾ ਜਾਮ ਲੱਗਿਆ ਹੋਇਆ। ਪਹਾੜਾਂ ਦੇ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਦੇਰ ਰਾਤ ਲੈਂਡਸਲਾਈਡ ਹੋਈ ਹੈ ਤੇ ਲੈਂਡਸਲਾਈਡ ਹੋਣ ਦੇ ਕਾਰਨ ਜਿੱਥੇ ਇੱਕ ਜੇਸੀਬੀ ਮਸ਼ੀਨ ਪਲਟ ਗਈ ਉੱਥੇ ਇੱਕ ਟਰਾਲਾ ਵੀ ਦੱਸਿਆ ਜਾ ਰਿਹਾ ਕਿ ਸੜਕ ਦੇ ਉੱਤੇ ਪਲਟ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਸਾਰੀ ਰਾਤ ਲੋਕਾਂ ਨੇ ਸੜਕਾਂ ਦੇ ਉੱਤੇ ਕੱਟੀ ਹੈ ਤੇ ਜਦੋਂ ਲੈਂਡਸਲਾਈਡ ਹੋਣ ਲੱਗੀ ਤਾਂ ਲੋਕ ਕਾਫੀ ਜ਼ਿਆਦਾ ਸਹਿਮ ਗਏ। ਗਨੀਮਤ ਰਹੀ ਹੈ ਕਿ ਇਸ ਲੈਂਡਸਲਾਈਡ ਦੇ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ, ਪਰ ਲੈਂਡਸਲਾਈਡ ਜੋ ਹੈ ਉਹ ਭਾਰੇ ਤਰੀਕੇ ਦੇ ਨਾਲ ਹੋਈ ਹੈ ਤੇ ਹੁਣ ਮੌਕੇ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜੇਸੀਬੀ ਮਸ਼ੀਨਾਂ ਬੁਲਾ ਕੇ ਮਲਬੇ ਨੂੰ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਤਾਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ 9 ਮਿਲ ਦੇ ਕੋਲ ਕਿਹਾ ਜਾ ਰਿਹਾ ਕਿ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਹੋਈ ਹੈ। ਲੈਂਡਸਲਾਈਡ ਦੇ ਕਾਰਨ ਕਿਹਾ ਜਾ ਰਿਹਾ ਕਿ ਦੇਰ ਰਾਤ ਕਾਫੀ ਲੰਬਾ ਜਾਮ ਲੱਗਿਆ ਰਿਹਾ ਤੇ ਕਈ ਲੋਕ ਗੱਡੀਆਂ ਦੇ ਵਿੱਚ ਸੌਣ ਨੂੰ ਮਜਬੂਰ ਹੋ ਗਏ ਨੇ। ਤਾਂ ਤਸਵੀਰਾਂ ਵੀ ਇਸ ਦੌਰਾਨ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਜੋ ਹੈ ਉਹ ਹਾਈਵੇ ਦੇ ਉੱਤੇ ਪਲਟਿਆ ਹੋਇਆ ਤੇ ਇਸ ਦੇ ਨਾਲ ਹੀ ਲੋਕ ਲੰਬੇ ਜਾਮ ਦੇ ਵਿੱਚ ਫਸੇ ਹੋਏ ਨੇ। ਤਾਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਇੱਕ ਵਾਰ ਫਿਰ ਤੋਂ ਦੱਸਿਆ ਜਾ ਰਿਹਾ ਕਿ ਰੂਟ ਬੰਦ ਕਰ ਦਿੱਤਾ ਗਿਆ, ਸਿਰਫ ਇੱਕ ਪਾਸਾ ਹੀ ਚਲਾਇਆ ਜਾ ਰਿਹਾ ਜਿਸ ਦੇ ਕਾਰਨ ਲੰਬਾ ਜਾਮ ਲੱਗਿਆ ਹੋਇਆ। ਪਹਾੜਾਂ ਦੇ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਦੇਰ ਰਾਤ ਲੈਂਡਸਲਾਈਡ ਹੋਈ ਹੈ ਤੇ ਲੈਂਡਸਲਾਈਡ ਹੋਣ ਦੇ ਕਾਰਨ ਜਿੱਥੇ ਇੱਕ ਜੇਸੀਬੀ ਮਸ਼ੀਨ ਪਲਟ ਗਈ ਉੱਥੇ ਇੱਕ ਟਰਾਲਾ ਵੀ ਦੱਸਿਆ ਜਾ ਰਿਹਾ ਕਿ ਸੜਕ ਦੇ ਉੱਤੇ ਪਲਟ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਸਾਰੀ ਰਾਤ ਲੋਕਾਂ ਨੇ ਸੜਕਾਂ ਦੇ ਉੱਤੇ ਕੱਟੀ ਹੈ ਤੇ ਜਦੋਂ ਲੈਂਡਸਲਾਈਡ ਹੋਣ ਲੱਗੀ ਤਾਂ ਲੋਕ ਕਾਫੀ ਜ਼ਿਆਦਾ ਸਹਿਮ ਗਏ। ਗਨੀਮਤ ਰਹੀ ਹੈ ਕਿ ਇਸ ਲੈਂਡਸਲਾਈਡ ਦੇ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ, ਪਰ ਲੈਂਡਸਲਾਈਡ ਜੋ ਹੈ ਉਹ ਭਾਰੇ ਤਰੀਕੇ ਦੇ ਨਾਲ ਹੋਈ ਹੈ ਤੇ ਹੁਣ ਮੌਕੇ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜੇਸੀਬੀ ਮਸ਼ੀਨਾਂ ਬੁਲਾ ਕੇ ਮਲਬੇ ਨੂੰ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਤਾਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ 9 ਮਿਲ ਦੇ ਕੋਲ ਕਿਹਾ ਜਾ ਰਿਹਾ ਕਿ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਹੋਈ ਹੈ। ਲੈਂਡਸਲਾਈਡ ਦੇ ਕਾਰਨ ਕਿਹਾ ਜਾ ਰਿਹਾ ਕਿ ਦੇਰ ਰਾਤ ਕਾਫੀ ਲੰਬਾ ਜਾਮ ਲੱਗਿਆ ਰਿਹਾ ਤੇ ਕਈ ਲੋਕ ਗੱਡੀਆਂ ਦੇ ਵਿੱਚ ਸੌਣ ਨੂੰ ਮਜਬੂਰ ਹੋ ਗਏ ਨੇ। ਤਾਂ ਤਸਵੀਰਾਂ ਵੀ ਇਸ ਦੌਰਾਨ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਜੋ ਹੈ ਉਹ ਹਾਈਵੇ ਦੇ ਉੱਤੇ ਪਲਟਿਆ ਹੋਇਆ ਤੇ ਇਸ ਦੇ ਨਾਲ ਹੀ ਲੋਕ ਲੰਬੇ ਜਾਮ ਦੇ ਵਿੱਚ ਫਸੇ ਹੋਏ ਨੇ। ਤਾਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਇੱਕ ਵਾਰ ਫਿਰ ਤੋਂ ਦੱਸਿਆ ਜਾ ਰਿਹਾ ਕਿ ਰੂਟ ਬੰਦ ਕਰ ਦਿੱਤਾ ਗਿਆ, ਸਿਰਫ ਇੱਕ ਪਾਸਾ ਹੀ ਚਲਾਇਆ ਜਾ ਰਿਹਾ ਜਿਸ ਦੇ ਕਾਰਨ ਲੰਬਾ ਜਾਮ ਲੱਗਿਆ ਹੋਇਆ।